ਬਿਸਮਿਲ੍ਲਾਹ ਰਹਿਮਾਨ ਰਹੀਮ ਅਲਹਮਦੁਲਿਲ੍ਲਾਹ ਅੱਜ ਅਸੀਂ ਮਸ਼ਕ ਨੰਬਰ 6 ਔਰ ਤੋਏ ਅਲਫਤਾ ਦੀ ਮਸ਼ਕ ਕਰਾਂਗੇ ਤਾਂ ਕਿ ਇਹ ਸ਼ੁਰੂ ਕਰ ਰਹੇ ਹਾਂ ਪੰਜ ਮਸ਼ਕਾਂ ਸਾਡੀਆਂ ਅਲਹਮਦੁਲਿਲ੍ਲਾਹ ਮੁਕੰਮਲ ਹੋ ਗਈਆਂ ਨੇ ਟੋਟਲ ਜਿਹੜੀਆਂ ਨੇ 11 ਮਸ਼ਕਾਂ ਨੇ ਜਿਹੜਾ ਬੱਚਾ ਜਾਂ ਜਿਹੜਾ ਵੀ ਸ਼ੌਕ ਰੱਖਦਾ ਲਿਖਾਈ ਨੂੰ ਦਰੁਸਤ ਕਰਨ ਵਾਸਤੇ ਉਹ ਇਹ 11 ਮਸ਼ਕਾਂ ਅਗਰ ਕਰ ਲੈਂਦਾ ਨਾ ਤਾਂ ਉਹਦੇ ਵਾਸਤੇ ਕੋਈ ਮਸਲਾ ਨਹੀਂ ਉਹਦੇ ਵਾਸਤੇ ਹਰ ਹਰਫ ਜਿਹੜਾ ਆਸਾਨ ਹੋ ਜਾਂਦਾ ਵਾ ਉਹਦੇ ਪੈਬੰਦ ਲਗਾਉਣਾ ਉਹਦੇ ਲਫਜ਼ ਦੀ ਸ਼ਨਾਖਤ ਅਤੇ ਉਹਦੇ ਵਾਸਤੇ ਬਹੁਤ ਆਸਾਨੀ ਹੋ ਜਾਂਦੀ ਹੈ ਅਤੇ ਅਲਹਮਦੁਲਿਲ੍ਲਾਹ ਅਸੀਂ ਅੱਜ 6ਵੀਂ ਮਸ਼ਕ ਜਿਹੜੀ ਹੈ ਨਾ ਉਹ ਕਰ ਰਹੇ ਹਾਂ ਉਹਦੇ 'ਚ ਤੋਏ ਦੇ ਨਾਲ ਅਲਫ ਕਿੱਦਾਂ ਲਗਾਉਣਾ ਤੋਏ ਨਾਲ ਬੇ ਕਿੱਦਾਂ ਲਗਾਉਣੀ ਇੱਦਾਂ ਇਹ ਸਾਰੀ ਮਸ਼ਕ ਹੋਏਗੀ ਮੈਂ ਸ਼ੁਰੂ ਕਰਨਾ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸਾਡਾ ਅੱਜ ਸਬਕ ਹੈ ਜੀ ਸਬਕ ਨੰਬਰ 57 ਮਸ਼ਕ ਨੰਬਰ 6 ਤੋਏ ਦੀ ਮਸ਼ਕ ਹੈ ਅੱਜ ਅਸੀਂ ਲਿਖਾਂਗੇ ਤੋਏ ਕਾਫ ਤੱਕ ਨੁਕਤਿਆਂ ਵਾਲਾ ਕਾਫ ਇੰਨਾ ਅਸੀਂ ਬਾਹਰੋਂ ਸ਼ੁਰੂ ਕਰਾਂਗੇ ਲੈਣ ਤੋਂ ਤਾਂ ਕਿ ਇਹ ਹਿੱਸਾ ਜਿਹੜਾ ਇਸ ਲੈਣ ਤੱਕ ਆ ਜਾਵੇ ਪਰ ਆ ਕੋਨੇ ਨਾਲ ਬਣਾਉਣ ਤੋਂ ਬਾਅਦ ਇਹਦੇ ਕਾਫ ਦੀ ਮਰੋੜੀ ਬਣਾ ਕੇ ਇਹ ਤੀਸਰੀ ਲੈਣ ਤੱਕ ਆਏਗੀ ਫਿਰ ਇਹਦਾ ਦਾਇਰਾ ਬਣੇਗਾ ਨੁਕਤੇ ਜਿਹੜੇ ਆ ਇਸ ਲਾਈਨ ਦੇ ਉੱਤੇ ਬਣਾਈ ਜਾਵਾਂਗੇ ਇਹਦਾ ਇੱਥੇ ਤਾਂ ਕੋਨੇ ਦਾ ਹੀ ਬਣਨਾ ਵਾ ਇੱਥੇ ਜਾ ਕੇ ਪੂਰੀ ਕਲਮ ਲੱਗਣੀ ਆ ਫਿਰ ਇਹਨੂੰ ਥੋੜ੍ਹੀ ਜਿਹੀ ਫੁਲਾਈ ਦੇ ਕੇ ਨੀਚੇ ਤੀਸਰੀ ਲਾਈਨ ਤੱਕ ਲੈ ਜਾਂਦਾ ਫਿਰ ਇਹਦਾ ਦਾਇਰਾ ਇੱਥੇ ਬਣਾ ਦਿੰਦਾ ਇਹ ਸੀ ਸਾਡਾ ਨੁਕਤਿਆਂ ਵਾਲਾ ਕਾਫ ਤੋਏ ਦੇ ਨਾਲ ਹੁਣ ਇਸ ਤੋਂ ਬਾਅਦ ਅਸੀਂ ਤੋਏ ਦੇ ਨਾਲ ਡੰਡੇ ਵਾਲਾ ਕਾਫ ਲਿਖਾਂਗੇ ਇੱਥੋਂ ਸ਼ੁਰੂ ਕਰਾਂਗੇ ਤਾਂ ਕਿ ਇਹ ਹਿੱਸਾ ਜਿਹੜਾ ਇਸ ਲਾਈਨ ਤੱਕ ਆ ਜਾਵੇ ਇਹਦਾ ਡੰਡਾ ਥੋੜ੍ਹਾ ਜਿਹਾ ਇਹਦੇ ਨਾਲੋਂ ਉੱਪਰ ਆਏਗਾ ਔਰ ਇੱਥੋਂ ਪਕੜਾਂਗੇ ਤਾਂ ਬੇ ਦੀ ਸ਼ਕਲ ਜਿਹੜੀ ਹੈ ਇਹਦੇ ਨਾਲ ਲੱਗ ਜਾਏਗੀ ਇਹ ਅਸੀਂ ਕੰਮ ਤੋਂ ਕੰਮ ਜਿਹੜਾ ਨਾ ਜੀ ਇਹ ਇੱਕ ਹਰਫ ਜਿਹੜਾ ਇਹਨੂੰ ਇੱਕ ਸਫ਼ਾ ਜਿਹੜਾ ਨਾ ਇਹਦਾ ਲਿਖਣਾ ਚਾਹੀਦਾ ਸਾਨੂੰ ਇਹ ਸੀ ਜੀ ਸਾਡਾ ਅੱਜ ਦਾ ਸਬਕ ਲੈਡ ਪੈਨਸਲ ਦੇ ਨਾਲ